ਥਾਣਾ ਖਾਲੜਾ ਦੀ ਪੁਲਿਸ ਨੇ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਤਿੰਨ ਮੁਲਜ਼ਮਾਂ ਵਿੱਚੋਂ ਦੋ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 170 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਦਿਲਵਾਗ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ ਅਤੇ ਇੱਕ ਮੁਲਜ਼ਮ ਫਰਾਰ ਹੈ। ਐਸਪੀਡੀ ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਹਨਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸਬ ਡਿਵੀਜ਼ਨ ਪਿੱਕੀਵਿੰਡ ਡੀਐਸਪੀ ਹਰੀਸ਼ ਪਹਿਲ ਜੀ ਦੀ ਸੁਪਰਵਿਜ਼ਨ ਹੇਠ ਜਿਹੜਾ ਸਾਡਾ ਇੱਕ ਮਾਣਯੋਗ ਐਸਐਸਪੀ ਸਾਹਿਬ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਡੇਲੀ ਸਾਡੇ ਵੱਲੋਂ ਚੈਕਿੰਗ ਚੱਲਦੀਆਂ ਨੇ, ਸਾਰਾ ਕੁਛ ਜਿਹੜੇ ਨਾਕੇ ਵੀ ਲੱਗ ਰਹੇ ਨੇ, ਅਸੀਂ ਜਿਹੜਾ ਸਰਚ ਓਪਰੇਸ਼ਨ ਵੀ ਕਰ ਰਹੇ ਹਾਂ। ਉਸੇ ਤਹਿਤ ਜਿਹੜਾ ਇੱਕ ਸਾਡੇ ਡੀਐਸਪੀ ਪਿੱਕੀਵਿੰਡ ਹਰੀਸ਼ ਪਹਿਲ ਜੀ ਦੀ ਸੁਪਰਵਿਜ਼ਨ ਦੇ ਵਿੱਚ ਇੱਕ ਨਾਕਾ ਲਗਾਏ ਗਏ ਸੀਗੇ, ਜਿਹਦੇ ਵਿੱਚ ਉੱਥੋਂ ਦੇ ਜਿਹੜੀ ਐਸਆਈ ਅੰਮ੍ਰਿਤਪਾਲ ਸਿੰਘ ਨਾਕੇ 'ਤੇ ਮੌਜੂਦ ਸੀਗੇ। ਉਹਨਾਂ ਨੇ ਇੱਕ ਪਲਟੀਨਾ ਮੋਟਰਸਾਈਕਲ ਨੂੰ ਰੋਕਿਆ, ਜਿਹਦੇ ਵਿੱਚੋਂ ਇੱਕ ਨੌਜਵਾਨ ਭੱਜ ਗਿਆ, ਲੇਕਿਨ ਦੋ ਕਾਬੂ ਕੀਤੇ ਗਏ, ਜਿਨ੍ਹਾਂ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ 170 ਗ੍ਰਾਮ ਜਿਹੜਾ ਹੀਰੋਇਨ ਦੀ ਉਹਦੇ ਕੋਲ ਫੜੀ ਗਈ ਹੈਗੀ ਹੈ। ਇਹ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਅੱਗੇ ਇਹਨਾਂ 'ਤੇ ਕਾਰਵਾਈ ਚੱਲ ਰਹੀ ਆ। ਆਲਰੇਡੀ ਵੀ ਜਿਹੜਾ ਪਤਾ ਲੱਗਾ ਵੀ ਇਹਨਾਂ 'ਤੇ ਕੋਈ ਪਰਚੇ ਦਰਜ ਨੇ ਜਿਹੜੇ ਅਸੀਂ ਚੈੱਕ ਕਰ ਰਹੇ ਹਾਂ। ਜੇ ਤਫਤੀਸ਼ 'ਚ ਹੋਰ ਵੀ ਚੀਜ਼ ਇੱਥੇ ਦੇਖੀ ਜਾਏਗੀ ਵੀ ਇਹ ਕਿਹਦੇ ਕੋਲੋਂ ਲੈ ਕੇ ਆ ਰਹੇ ਸੀਗੇ, ਕਿਹਨੂੰ ਦੇਣ ਜਾ ਰਹੇ ਸੀਗੇ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਚੈੱਕ ਕੀਤੀਆਂ ਜਾਣਗੀਆਂ।